ਭਾਈ ਜੀ, ਅਸਰ ਦੀ ਨਮਾਜ਼ ਹੋ ਕੇ ਹਟੀ ਹੈ। ਮੈਂ ਦੇਖੋ ਹੁਣ ਸਾਰੇ ਆ ਰਹੇ ਆ ਹਜ਼ੂਰ ਪਾਕ ਦੀ ਬਾਰਗਾਹ 'ਚ ਸਲਾਮ ਕਰਨ ਵਾਸਤੇ। ਇਹ ਮੈਂ ਹੁਣ ਜਾਵਾਂਗਾ ਅੱਗੇ ਅੰਦਰ, ਤੁਹਾਨੂੰ ਜਿਹੜਾ ਅੰਦਰੂਨੀ ਮੰਜ਼ਰ ਹੈ ਮਾਸ਼ਾਅੱਲਾ ਉਹ ਵੀ ਜਾ ਕੇ ਤੁਹਾਨੂੰ ਮੈਂ ਦਿਖਾਉਂਦਾ। ਭਾਈ ਜੀ, ਤੁਸੀਂ ਦੇਖ ਸਕਦੇ ਹਾਂ ਮਾਸ਼ਾਅੱਲਾ ਬੜਾ ਹੀ ਪਿਆਰਾ ਅਤੇ ਬੜਾ ਹੀ ਖੂਬਸੂਰਤ ਮੰਜ਼ਰ। ਅਸਲਾਮ ਅਲੈਕਮ ਹਾਂਜੀ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਬਾਈ ਜੀ, ਇਸ ਟਾਈਮ ਮੈਂ ਮੌਜੂਦ ਹਾਂ ਮਦੀਨਾ ਪਾਕ ਦੀਆਂ ਗਲੀਆਂ ਦੇ ਵਿੱਚ ਅਤੇ ਜਾ ਰਿਹਾ ਮੈਂ ਮਸਜਿਦ ਨਬੀ ਦੇ ਵਿੱਚ। ਅਤੇ ਵੀਡੀਓ ਬਾਈ ਜੀ ਐਂਡ ਤੱਕ ਦੇਖਿਓ, ਇਨਸ਼ਾਅੱਲਾ ਤੁਹਾਨੂੰ ਦੇਖ ਕੇ ਦਿਲੀ ਸਕੂਨ ਮਹਿਸੂਸ ਹੋਏਗਾ। ਇਸ ਤੋਂ ਬਾਅਦ ਬਾਈ ਜੀ ਮੈਂ ਜਾਵਾਂਗਾ ਇਨਸ਼ਾਅੱਲਾ ਮਸਜਿਦ ਕੁਬਾ ਅਤੇ ਉੱਥੇ ਜਾ ਕੇ ਮੈਂ ਨਾ ਤੁਹਾਨੂੰ ਜ਼ਿਆਰਤਾਂ ਕਰਾਵਾਂਗਾ ਜਿੰਨਾ ਮੈਂ ਕਰ ਸਕਿਆ। ਅਤੇ ਸ਼ੁਰੂ ਕਰਦੇ ਬਾਈ ਜੀ ਅੱਜ ਦਾ ਵਲੌਗ। ਬਾਈ ਜੀ, ਕੱਲ੍ਹ ਜੁਮਾ ਸੀ, ਕੱਲ੍ਹ ਮਾਸ਼ਾਅੱਲਾ ਬਹੁਤ ਜ਼ਿਆਦਾ ਰਸ਼ ਸੀਗਾ ਅਤੇ ਅੱਜ ਨਾਲੇ ਹੱਜ ਵਾ, ਜਿੰਨੇ ਵੀ ਹੱਜੀ ਉਹ ਚਲੇ ਗਏ ਆ ਮੱਕਾ, ਇਸ ਕਰਕੇ ਰਸ਼ ਥੋੜ੍ਹਾ ਜਿਹਾ ਘੱਟ ਵਾ। ਨਹੀਂ ਤਾਂ ਮਾਸ਼ਾਅੱਲਾ ਇੱਥੇ ਹਰ ਟਾਈਮ ਰੌਣਕ ਲੱਗੀ ਹੁੰਦੀ। ਅਤੇ ਹੁਣ ਵੈਸੇ ਵੀ ਥੋੜ੍ਹੀ ਜਿਹੀ ਗਰਮੀ ਜ਼ਿਆਦਾ ਧੁੱਪ ਵਾ, ਇਸ ਕਰਕੇ ਥੋੜ੍ਹਾ ਜਿਹਾ ਰਸ਼ ਘੱਟ ਵਾ। ਨਹੀਂ ਤਾਂ ਜਿੱਦਾਂ ਹੀ ਅਸਰ ਤੋਂ ਬਾਅਦ ਇੱਥੇ ਨਾ ਮਾਸ਼ਾਅੱਲਾ ਫਿਰ ਰੌਣਕਾਂ ਲੱਗ ਜਾਂਦੀਆਂ, ਸਾਰੀਆਂ ਗਲੀਆਂ ਜਿਹੜੀਆਂ ਨਾ ਭਰ ਜਾਂਦੀਆਂ। ਇਹ ਦੇਖੋ, ਹਰ ਚੀਜ਼ ਮਿਲ ਜਾਂਦੀ ਹੈ। ਲੋਕ ਆਉਂਦੇ ਆ, ਕੋਈ ਇੱਥੋਂ ਤੋਹਫੇ ਲੈ ਕੇ ਜਾਂਦੇ ਆ, ਗਿਫਟ ਲੈ ਕੇ ਜਾਂਦੇ ਆ, ਯਾਨੀ ਕਿ ਹਰ ਚੀਜ਼ ਮਿਲ ਜਾਂਦੀ ਇੱਥੋਂ, ਪਰਫਿਊਮ ਵਗੈਰਾ, ਕੜੀਆਂ ਵਗੈਰਾ, ਇਹ ਦੇਖੋ ਰੁਮਾਲ ਵਗੈਰਾ, ਟੋਪੀਆਂ, ਮਸਾਲੇ, ਤਸਵੀਆਂ, ਜਾਨਮਾਲ, ਹਰ ਚੀਜ਼ ਯਾਨੀ ਕਿ ਮਿਲ ਜਾਂਦੀ ਨਾਲ ਦੁਕਾਨਾਂ ਬਣੀਆਂ ਹੋਈਆਂ। ਇਹ ਦੇਖੋ ਜੀ, ਮਾਸ਼ਾਅੱਲਾ ਬੜੇ ਪਿਆਰੇ ਮੰਜ਼ਰ ਮਾਸ਼ਾਅੱਲਾ ਦੇ ਦੇਖ ਕੇ ਬਾਈ ਜੀ ਦਿਲੀ ਸਕੂਨ ਮਹਿਸੂਸ ਹੁੰਦਾ। ਇੱਕ ਇਹ ਮਸਜਿਦ ਬਣੀ ਹੋਈ ਹੈ, ਇੱਕ ਉਹ ਬੈਕ ਸਾਈਡ 'ਤੇ ਦੇਖੋ। ਇਨਸ਼ਾਅੱਲਾ ਮੈਂ ਤੁਹਾਨੂੰ ਜਿੰਨਾ ਹੋ ਸਕਿਆ ਨਾ ਸਭ ਭਰਾਵਾਂ ਨਾਲ ਇਹਨਾਂ ਜਗ੍ਹਾ ਦੀਆਂ ਸਭ ਨੇ ਤੁਹਾਨੂੰ ਜ਼ਿਆਰਤਾਂ ਕਰਾਵਾਂਗਾ। ਅਤੇ ਇਹ ਦੇਖੋ ਤੁਸੀਂ ਬਾਈ ਜੀ, ਇੱਥੇ ਆ ਕੇ ਬੰਦੇ ਨੂੰ ਹੈ ਨਾ ਇੱਕ ਦਿਲੀ ਸਕੂਨ ਮਹਿਸੂਸ ਹੁੰਦਾ, ਬਹੁਤ ਸਕੂਨ ਮਹਿਸੂਸ ਹੁੰਦਾ। ਬਾਕੀ ਮੇਰੀ ਦੁਆ ਵਾ ਜਿਹੜੇ ਵੀ ਮੇਰੇ ਵੀਰ ਭਰਾ ਵੀਡੀਓ ਦੇਖਣਦੇ, ਅੱਲਾ ਪਾਕ ਸਭ ਨੂੰ ਇਹ ਮੰਜ਼ਰ ਆਪਣੀਆਂ ਅੱਖਾਂ ਨਾਲ ਦੇਖਣਾ ਨਸੀਬ ਫਰਮਾਏ। ਸਲਾਤੁ ਅਸਲਾਮੁ ਅਲੈਕ ਯਾ ਰਸੂਲੱਲਾ, ਸਲਾਤੁ ਅਸਲਾਮੁ ਅਲੈਕ ਯਾ ਹਬੀਬੱਲਾ। ਮੈਂ ਬਾਈ ਜੀ ਇਸ ਟਾਈਮ ਇੰਟਰੀ ਕਰ ਰਿਹਾ ਗੇਟ ਨੰਬਰ 316 ਤੋਂ। ਅਤੇ ਇਹ ਦੇਖੋ ਜੀ, ਮਾਸ਼ਾਅੱਲਾ ਮਸਜਿਦ ਨਬਵੀ ਬਹੁਤ ਵੱਡੀ ਆ ਅਤੇ ਇਸ ਕਰਕੇ ਇਹਦੇ ਜਿਹੜੇ ਗੇਟ ਵੀ ਬਹੁਤ ਜ਼ਿਆਦਾ। ਇਹ ਦੇਖੋ, ਇੱਥੇ 316 ਨੰਬਰ ਗੇਟ ਆ। ਇਸੇ ਤਰ੍ਹਾਂ ਹੀ ਅੱਗੇ ਨੂੰ ਗੇਟ ਹੋਰ ਵੀ ਜ਼ਿਆਦਾ ਹੈ। ਇਹ ਦੇਖੋ ਇਧਰਲੀ ਸਾਈਡ 'ਤੇ ਸਲਾਤੁ ਅਸਲਾਮੁ ਅਲੈਕ ਯਾ ਰਸੂਲੱਲਾ, ਸਲਾਤੁ ਅਸਲਾਮੁ ਅਲੈਕ ਯਾ ਹਬੀਬੱਲਾ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹੁ ਅਕਬਰ, ਬੜਾ ਹੀ ਖੂਬਸੂਰਤ ਮੰਜ਼ਰ, ਪੁਰਸਕੂਨ ਮੰਜ਼ਰ। ਅਲਹਮਦੁਲਿਲਾ, ਸਲਾਤੁ ਅਸਲਾਮੁ ਅਲੈਕ ਯਾ ਨਬੀਅੱਲਾ, ਸਲਾਤੁ ਅਸਲਾਮੁ ਅਲੈਕ ਯਾ ਰਸੂਲੱਲਾ, ਅੱਲਾਹੁ ਅਕਬਰ। ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਕਿਸ ਤਰ੍ਹਾਂ ਰੌਣਕ ਲੱਗੀ ਹੋਈ। ਹਾਲਾਂਕਿ ਹੱਜ ਵਾ, ਹੱਜ ਦਾ ਕਰਕੇ ਹੱਜੀ ਮਾਸ਼ਾਅੱਲਾ ਗਏ ਹੋਏ ਸਾਰੇ ਮੱਕਾ ਦੇ ਵਿੱਚ, ਤੁਸੀਂ ਫਿਰ ਵੀ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਰੌਣਕ ਲੱਗੀ ਹੋਈ ਆ। ਅੱਲਾਹੁ ਅਕਬਰ, ਇਹ ਸਾਰੀ ਜਗ੍ਹਾ ਨਮਾਜ਼ ਵਾਸਤੇ ਆ ਜੀ। ਜੇ ਮਾਸ਼ਾਅੱਲਾ ਕੱਲ੍ਹ ਜੁਮਾ ਸੀ, ਕੱਲ੍ਹ ਜੁਮਾ ਇੱਥੇ ਪੜਿਆ, ਇੱਥੇ ਬਿਲਕੁਲ ਜਗ੍ਹਾ ਫੁੱਲ ਹੋਈ ਸੀ, ਆਵਾਮ ਬਾਹਰ
ਹੋਟਲਾਂ ਤੱਕ ਪਹੁੰਚੀ ਹੋਈ ਸੀ। ਉੱਥੇ ਤੱਕ ਅਗਲੇ ਬੰਦੇ ਜਿਹੜੇ ਨਾ ਜਾਨਮਜ਼ ਲੈ ਕੇ ਉਹਦੇ ਘਰੋਂ, ਅਤੇ ਉੱਥੇ ਜੁਮੇ ਨਮਾਜ਼ ਪੜ੍ਹੀ ਉਹਨਾਂ ਨੇ। ਅੱਲਾਹੁ ਅਕਬਰ। ਬਾਈ ਜੀ ਇੱਥੇ ਆ ਕੇ ਨਾ ਮੇਰੇ ਕੋਲੋਂ ਅਲਫਾਜ਼ ਖਤਮ ਹੋ ਗਏ, ਯਾਨੀ ਕਿ ਬਸ ਦਿਲ ਹੀ ਕਰਦਾ ਕਿ ਬਸ ਦੇਖੀ ਜਾਵਾਂ। ਅਸਲਾਤੁ ਅਸਲਾਮ ਅਲੈਕਾ ਯਾ ਰਸੂਲ ਅੱਲਾ, ਅਸਲਾਤੁ ਅਸਲਾਮ ਅਲੈਕਾ ਯਾ ਹਬੀਬ ਅੱਲਾ। ਅੱਲਾਹੁ ਅਕਬਰ, ਅੱਲਾਹੁ ਅਕਬਰ। ਬਾਈ ਜੀ ਜਾ ਕੇ ਪਹਿਲੇ ਮੈਂ ਬਿਨਾਂ ਪਾਣੀ, ਗਰਮੀ ਕਾਫੀ ਜ਼ਿਆਦਾ। ਬਾਈ ਜੀ ਮੈਂ ਜਾ ਕੇ ਅੰਦਰ ਪੜਾਂਗਾ ਨਮਾਜ਼, ਅਤੇ ਨਾਲ ਮੈਂ ਤੁਹਾਨੂੰ ਅੰਦਰ ਦਾ ਮਾਹੌਲ ਵੀ ਚੈੱਕ ਕਰਾਉਂਦਾ। ਮਾਸ਼ਾਅੱਲਾ ਤੁਹਾਨੂੰ ਸਕੂਨ ਮਹਿਸੂਸ ਹੋਏਗਾ ਦੇਖ ਕੇ। ਇਹ ਦੇਖੋ ਜੀ ਕਿਸ ਤਰ੍ਹਾਂ ਛਤਰੀਆਂ ਲੱਗੀਆਂ ਹੋਈਆਂ। ਇਹ ਮਾਸ਼ਾਅੱਲਾ ਜੀ ਮਸਜਿਦ ਨਬੀ ਦਾ ਅੰਦਰੂਨੀ ਮੰਜ਼ਰ। ਅੱਲਾਹੁ ਅਕਬਰ, ਸਲਾਤੁ ਅਸਲਾਮੁ ਅਲੈਕਾ ਯਾ ਰਸੂਲੱਲਾ, ਸਲਾਤੁ ਅਸਲਾਮੁ ਅਲੈਕਾ ਯਾ ਹਬੀਬੱਲਾ, ਸਲਾਤੁ ਅਸਲਾਮੁ ਅਲੈਕਾ ਯਾ ਨਬੀ ਅੱਲਾ, ਸਲਾਤੁ ਅਸਲਾਮੁ ਅਲੈਕਾ ਯਾ ਰਸੂਲੱਲਾ ਵਅਲਾ ਆਲਿਕਾ ਵਸਹਾਬਿਕਾ ਯਾ ਨਬੀ ਅੱਲਾ। ਮਾਸ਼ਾਅੱਲਾ, ਯਾਲਾ ਪਾਕ ਜਿੰਨੇ ਵੀ ਲੋਕ ਯਾਲਾ ਪਾਕ ਕੇ ਵੀਡੀਓ ਵੇਖ ਰਹੇ, ਜਿਹੜੇ ਜਿਹੜੇ ਅੱਖਾਂ ਯਾਲਾ ਪਾਕ ਵੀਡੀਓ ਵੇਖ ਰਹੀਆਂ, ਸਭ ਨੂੰ ਯਾਲਾ ਪਾਕ ਇੱਥੇ ਆਉਣਾ ਨਸੀਬ ਕਰ। ਯਾਲਾ ਪਾਕ ਉਹਨਾਂ ਦਾ ਆਉਣਾ ਨਸੀਬ ਹੋਵੇ ਯਾਲਾ ਪਾਕ ਇੱਥੇ। ਅੱਲਾਹੁ ਅਕਬਰ, ਅੱਲਾਹੁ ਅਕਬਰ। ਬਾਈ ਜੀ ਅਸਰ ਦੀ ਨਮਾਜ਼ ਹੋ ਕੇ ਹਟੀ ਹੈ। ਇਹ ਦੇਖੋ ਹੁਣ ਸਾਰੇ ਆ ਰਹੇ ਆ ਹਜ਼ੂਰ ਪਾਕ ਦੀ ਬਾਰਗਾਹ 'ਚ ਸਲਾਮ ਕਰਨ ਵਾਸਤੇ। ਇਹ ਦੇਖੋ ਇਹ ਸਾਰੇ ਜਾ ਰਹੇ, ਸਹੀ ਹੈ, ਦੇਖ ਸਕਦੇ ਅਸੀਂ ਮਾਸ਼ਾਅੱਲਾ। ਅਤੇ ਮੈਂ ਹੁਣ ਜਾਵਾਂਗਾ ਅੱਗੇ ਅੰਦਰ, ਤੁਹਾਨੂੰ ਜਿਹੜਾ ਅੰਦਰੂਨੀ ਮੰਜ਼ਰ ਹੈ ਮਾਸ਼ਾਅੱਲਾ ਉਹ ਵੀ ਜਾ ਕੇ ਤੁਹਾਨੂੰ ਮੈਂ ਦਿਖਾਉਂਦਾ। ਇਹ ਜਾ ਰਹੇ ਹਾਂ ਜੀ ਬਾਬੇ ਸਲਾਮ ਹਜ਼ੂਰ ਪਾਕ ਦੇ ਰੋਜ਼ੇ 'ਤੇ ਸਲਾਮ ਕਰਨ ਵਾਸਤੇ। ਮਾਸ਼ਾਅੱਲਾ, ਬਾਬੇ ਸਲਾਮ। ਸਲਾਤੁ ਅਸਲਾਮੁ ਅਲੈਕਾ ਯਾ ਰਸੂਲੱਲਾ, ਸਲਾਤੁ ਅਸਲਾਮੁ ਅਲੈਕਾ ਯਾ ਹਬੀਬੱਲਾ, ਸਲਾਤੁ ਅਸਲਾਮੁ ਅਲੈਕਾ ਯਾ ਨਬੀ ਅੱਲਾ। اللهم صل على محمد وعلى آل محمد كما صليت على إبراهيم وعلى آل إبراهيم إنك حميد مجيد.
ਇਨਸ਼ਾਅੱਲਾ ਐਵੀ ਰਿਆਜ਼ ਜੰਨਾ ਅੱਲਾਹ ਅਕਬਰ। ਅਸਲਾਮ ਅਸਲਾਮ ਨਬੀਅੱਲਾ ਸਲਾਮ ਅਲਹਮਦੁਲਿਲਾ ਰੋਜ਼ਾ ਰਸੂਲ ਦੀ ਜ਼ਿਆਰਤ ਕੀਤੀ ਆ ਜੀ। ਹਜ਼ੂਰ ਪਾਕ ਦੀ ਬਾਰਗਾਹ 'ਚ ਸਲਾਮ ਪੇਸ਼ ਕਰਕੇ ਹੁਣ ਜਾ ਰਹੇ ਹਾਂ ਜਨਰਲ ਵਕੀਲ
ਇਹ ਸਾਹਮਣੇ ਆ ਜੀ ਜਨਰਲ ਬਕੀ, ਇਹ ਜਾਲੀ ਨਜ਼ਰ ਆ ਰਹੀ ਹੈ ਸਾਨੂੰ। ਸਾਰੇ ਜਾ ਰਹੇ ਆ ਰਿਆਜ਼ੁਲ ਜੰਨਾ, ਇਹਦੇ ਵਾਸਤੇ ਬਣਦੀ ਹੈ ਪਰਮਿਸ਼ਨ, ਅਤੇ ਮੈਂ ਟਰਾਈ ਕੀਤੀ ਸੀ ਨਹੀਂ ਬਣੀ, ਅਤੇ ਇਨਸ਼ਾਅੱਲਾ ਨੈਕਸਟ ਟਾਈਮ ਫਿਰ ਮੈਂ ਟਰਾਈ ਕਰਾਂਗਾ, ਅਤੇ ਫਿਰ ਮੈਂ ਅਗਰ ਕਿਸਮਤ ਵਿੱਚ ਹੋਇਆ ਤਾਂ ਇਨਸ਼ਾਅੱਲਾ ਮੈਂ ਰਿਆਜ਼ੁਲ ਜੰਨਾ ਜਾਵਾਂਗਾ। ਇਹ ਜੀ ਜੰਨਤੁਲ ਬਕੀ, ਅੱਲਾਹੁ ਅਕਬਰ, ਜੰਨਤ ਕਾ ਟੁਕੜਾ, ਅੱਲਾਹੁ ਅਕਬਰ। ਬਾਈ ਜੀ ਮੈਂ ਤਕਰੀਬਨ ਆਇਆ ਵਾਂ ਜ਼ੋਰ ਟਾਈਮ ਦਾ, ਅਤੇ ਹੁਣ 8 ਵਜੇ ਚੱਲੇ ਆ, ਅਤੇ ਦਿਲ ਤਾਂ ਨਹੀਂ ਕਰ ਰਿਹਾ ਜਾਣ ਨੂੰ, ਪਰ ਮੈਂ ਹੁਣ ਚੱਲਿਆ, ਅਤੇ ਇੱਥੇ ਕਰਦੇ ਬਾਈ ਜੀ ਵੀਡੀਓ ਦਾ ਐਂਡ। ਇਨਸ਼ਾਅੱਲਾ ਮਿਲਾਂਗੇ ਨਈ ਵੀਡੀਓ ਨਾਲ, ਉਨੀ ਦੇਰ ਤੱਕ ਰੱਬ ਰਾਖਾ।